सत श्री अकाल, तुसी देख रहे हो कल्याण टीवी पंजाब ते मैं हरिशपाल सिंह। आए दिन लोकां वल्लों डिपू होल्डरां ते दोष लगाए जांदे हन कि सानू कणक नहीं मिल रही, लोकां वल्लों लड़ाई झगड़ा भी कीता जांदा। डिपू होल्डर लोकां ते दोष लाउंदे ने ते लोक डिपू होल्डरां ते दोष लाउंदे ने, पर नाल दी नाल कट नू लैके भी काफ़ी विवाद चल रहा। पहलां कही जांदे आ 15-18% कट लगता सी, हुण वधा दित्ता गया। दूसरे पासे डिप्टी कमिश्नर बठिंडा ने भी कहा कि जांच पड़ताल चल रही, असीं वेरीफिकेशन कर रहे हां, जिन्हां दे गलत कार्ड बने हुए आ उन्हां दे कार्ड कट्टे जा रहे ने, जां जिन्हां दी वेरीफिकेशन पेंडिंग आ उन्हां दे हजे कणक नहीं मिल रही, जदों उन्हां दी वेरीफिकेशन होई जाएगी तां उह कणक मिल जाएगी। पर लोक परेशान ने, लोक कहिंदे जो इनलीगल तरीके नाल कार्ड चल रहे आ, जिन्हां कोले सारियां सहूलतां हन उन्हां नूं राशन मिल रहा है, जदों कि जिहड़े गरीब आ कमजोर लोग दिहाड़ीदोर लोग उन्होंने ही सिर्फ कार्डा रोकया जा रहा है। तो बीजेपी के आगू भी नाल पहुंचे, उन्होंने मंग पत्र देने, उन्होंने ADC मंग पत्र भी दिता। उन्होंने कहा कि गरीब लोगों के जो जरूरतमंद कार्ड जरूर चलने चाहिए। की कहना उन्होंने तो भी सुनाने ਠੀਕ ਹੈ। ਸਾਨੂੰ ਉਹ ਡਿਪੂ ਆ ਜਿਹੜਾ ਡਿਪੂ 1-6 ਨੰਬਰ 'ਚ ਲੱਗਦਾ ਹੈ ਸਾਡੇ, 3-4 ਡਿਪੂ ਆ, ਉਹ ਕਹਿ ਦਿੰਦਾ ਉਸ ਡਿਪੂ 'ਤੇ ਵਗ ਜਾਓ, ਉਹ ਕਹਿ ਦਿੰਦੇ ਉਸ ਡਿਪੂ 'ਤੇ ਵਗ ਜਾਓ। ਸ਼ਾਮ ਤੀਕ ਰਹਿੰਦੇ ਹਾਂ ਅਸੀਂ ਉੱਥੇ, ਸਵੇਰ ਤੋਂ ਲੈ ਕੇ ਸ਼ਾਮ ਤੀਕ 3 ਦਿਨ ਹੋ ਗਏ ਉੱਥੇ ਖੜੇ ਹੋਏ। ਮੇਰਾ ਨਾਮ ਕੁਲਦੀਪ ਸਿੰਘ, ਮੈਂਬਰ ਪੰਚਾਇਤ ਬੀੜਤਲਾ ਤੋਂ। ਅਤੇ ਜੋ ਸਾਡੀ ਸਮੱਸਿਆ ਆ ਰਹੀ ਹੈ ਕਿ ਘੱਟੋ ਘੱਟ 3 ਵਾਰੀ ਹੋ ਗਈ, 3 ਵਾਰੀ ਸਾਨੂੰ ਇਹੀ ਕਿਹਾ ਜਾਏਗਾ, ਡਿਪੂ ਵਾਲੇ ਕਹਿੰਦੇ ਵੀ ਪਿੱਛੋਂ ਕਣਕ ਘੱਟ ਆ ਰਹੀ ਹੈ। ਪਰ ਸਾਡੇ ਜਿਹੜਾ ਸੁਣਨ 'ਚ ਆ ਰਿਹਾ ਵੀ ਸਾਨੂੰ ਜਿਹੜੀ ਸੈਂਟਰ ਸਰਕਾਰ ਤੋਂ ਕਣਕ ਆ ਰਹੀ ਆ ਉਹ ਪੂਰੀ ਆ ਰਹੀ ਆ, ਤੇ ਪਰ ਸਾਨੂੰ ਡਿਪੂ ਵਾਲੇ ਕਣਕ ਨਹੀਂ ਦੇ ਰਹੇ। ਇਹ ਜਿਹੜੇ ਤੁਹਾਡੇ ਕੋਲ ਖੜੇ ਆ ਸਾਡੇ ਲੋਕ, ਕੱਲ੍ਹ ਵੀ ਅਸੀਂ ਡਿਪੂ 'ਤੇ ਬਹੁਤ ਜ਼ਿਆਦਾ ਰੌਲਾ ਪਿਆ, ਇਹ ਤਾਂ ਕੁਛ ਹੀ ਲੋਕ ਆਏ ਜਾ ਰਹੇ, ਅੱਜ ਵੀ ਪਿੱਛੇ ਹਲੇ ਬਹੁਤ ਲੋਕ ਥੱਲੇ ਵੀ ਆ ਰਹੇ ਹੈਗੇ, ਤਾਂ ਸਾਨੂੰ ਮੰਗ ਕਰਦੇ ਸਰਕਾਰ ਤੋਂ ਔਰ DC ਸਾਹਿਬ ਤੋਂ, ਅਸੀਂ ਕਹਿੰਦੇ ਵੀ ਅਸੀਂ ਜਾਂਚ ਕਰਕੇ, ਤਾਂ ਜਿਹੜੇ ਗਰੀਬ ਲੋਕ ਹੈਗੇ ਆ ਜਿਹਨਾਂ ਦੇ ਵਾਕਈ ਰਾਸ਼ਨ ਕਾਰਡ ਹੈਗੇ ਔਰ ਜਿਹੜੇ ਜ਼ਰੂਰਤਮੰਦ ਹੈਗੇ ਉਹਨਾਂ ਨੂੰ ਕਣਕ ਮਿਲਣੀ ਚਾਹੀਦੀ ਹੈ। ਕਾਰਡ ਤਾਂ ਨਹੀਂ ਸਾਡੇ ਧਿਆਨ 'ਚ ਨਹੀਂ, ਖੈਰ ਕਾਰਡ ਕੱਟੇ ਹੋਏ ਪਰ ਕਣਕ ਨਹੀਂ ਮਿਲੀ ਇਹਨਾਂ ਨੂੰ, ਤੇ ਜਿਹੜੇ ਕਾਰਡ ਬਣੇ ਹੋਏ ਇਹਨਾਂ ਨੂੰ ਨਹੀਂ ਮਿਲੀ ਹੋਈ ਕਣਕ, ਤੇ ਕੱਟੇ ਹੋਏ ਦਾ ਸਾਨੂੰ ਕਦੇ ਪਤਾ ਨਹੀਂ। ਇਹ ਸਾਨੂੰ ਕਹਿੰਦੇ ਵੀ 20% ਘੱਟ ਆ ਰਿਹਾ, ਕੱਟ ਲੱਗ ਕੇ ਆ ਰਿਹਾ ਪਿੱਛੋਂ, ਤੇ ਪਹਿਲਾਂ ਵੀ 3 ਵਾਰੀ ਇਸੇ ਤਰ੍ਹਾਂ ਹੀ ਹੋ ਚੁੱਕਿਆ ਹੈਗਾ। ਇਹ 20% ਹੁਣ ਸਾਡੇ ਉੱਥੇ ਕੁਛ ਤਾਂ ਲੋਕ ਮਤਲਬ ਹੋਰ ਬਸਤੀਆਂ 'ਚੋਂ, ਜਿਵੇਂ ਆਨਲਾਈਨ ਕਾਰਡ ਦਾ ਵੀ ਇੱਕ ਦਿੱਕਤ ਆਈ ਪਈ ਹੈਗੀ, ਵੀ ਉਹ ਆਨਲਾਈਨ ਜਿਹੜੇ ਕਾਰਡ ਬਣੇ ਹੋਏ ਹੈਗੇ ਉਹ ਹੋਰ ਲੈ ਕੇ ਲੋਕ ਲੈ ਜਾਂਦੇ ਹੈਗੇ ਬਾਹਰੋਂ ਆ ਕੇ, ਪਰ ਸਾਡੇ ਪਿੰਡ ਵਾਲੇ ਫਿਰ ਰਹਿ ਜਾਂਦੇ ਉੱਥੇ। ਜਿਸ ਤਰ੍ਹਾਂ ਉਹਨੇ ਕਿਹਾ ਸੀ, ਕਹਿੰਦੇ ਜਿਹੜੇ ਨਜਾਇਜ਼ ਤੌਰ ਤੇ ਬਣੇ ਹੋਏ ਕਾਰਡ ਉਹ ਕੱਟੇ ਗਏ, ਲੱਗਦਾ ਵੀ ਇਹਨਾਂ ਲੋਕਾਂ 'ਚ ਜਿਹਦੇ ਕੱਟੇ ਗਏ ਨਜਾਇਜ਼ ਬਣੇ ਹੋਏ। ਨਹੀਂ ਜੀ, ਸਾਡੇ ਤਾਂ ਤਕਰੀਬਨ ਜਿੰਨੇ ਦੇ ਹੈਗੇ ਹੈਗੇ ਸਾਰਿਆਂ ਦੇ ਕਾਰਡ ਬਣੇ ਹੋਏ ਹੈਗੇ, ਅਸੀਂ ਨਹੀਂ ਕਹਿੰਦੇ ਸਾਡੇ ਕਾਰਡ ਕਿਸੇ ਦੇ ਕੱਟੇ ਹੋਏ, ਸਾਡੇ ਕਾਰਡ ਨਹੀਂ ਕੱਟੇ ਹੋਏ, ਪਰ ਸਾਨੂੰ ਤਾਂ ਕਣਕ ਹੀ ਨਹੀਂ ਮਿਲ ਰਹੀ, ਕਾਰਡ ਸਾਡੇ ਹੈਗੇ ਬਣੇ ਹੋਏ ਹੈਗੇ। ਮਾਤਾ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਲਕੀਤ ਕੌਰ, ਪੰਚਾਇਤ ਮੈਂਬਰ। ਕਿਹੜਾ ਪਿੰਡ ਹੈ? ਬੇੜਤਲਾ। ਕੀ ਕਾਰਨ ਹੋਇਆ ਵੀ ਅੱਜ ਤੁਸੀਂ ਇੱਥੇ ਆ ਰਹੇ ਹੋ? ਜੀ ਇਹ ਜੀ ਕਣਕ ਦੀ ਸਮੱਸਿਆ ਆ ਰਹੀ ਹੈਗੀ, ਕਣਕ ਪਹਿਲਾਂ ਤਾਂ ਕਹਿੰਦੇ ਸੀ ਵੀ 10-12% ਘੱਟ ਆ ਰਹੀ ਹੈ, ਹੁਣ ਕਹਿ ਰਹੇ ਆ ਵੀ 20% ਘੱਟ ਆ ਰਹੀ ਹੈਗੀ, ਤੇ ਬਲਕਿ ਬਹੁਤ ਜ਼ਿਆਦਾ ਲੋਕ ਰਹਿ ਗਏ ਆ ਕਣਕ ਕਣੀਓ, ਤੇ ਕੱਲ੍ਹ ਵੀ ਬਹੁਤ ਜ਼ਿਆਦਾ ਇਕੱਠ ਹੋਇਆ ਸੀਗਾ, ਤੇ ਉਹਨਾਂ ਨੂੰ ਵੀ ਇਹੀ ਕਿਹਾ ਸੀ ਵੀ ਚਲੋ ਕੋਈ ਨਹੀਂ ਆਪਾਂ DC ਦਫ਼ਤਰ ਚੱਲਾਂਗੇ, ਉੱਥੇ ਕੋਈ ਮੰਗ ਕਰਾਂਗੇ, ਤੇ ਉਹ ਅਸੀਂ ਅੱਜ ਇੱਥੇ ਮੰਗ ਲੈ ਕੇ ਆਏ। ਸਰਕਾਰ ਤਾਂ ਕਹਿੰਦੀ ਸੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਕਿਸੇ ਨੇ ਆਊਗੀ ਸਾਡੀ ਸਰਕਾਰ ਤੋਂ ਬਣਨ ਤੋਂ ਬਾਅਦ, ਤੇ ਪਰ ਹੁਣ ਇਹ ਸਮੱਸਿਆ ਆ ਰਹੀ ਹੈ। ਨਹੀਂ ਜੀ, ਬਹੁਤ ਸਮੱਸਿਆ ਆ ਰਹੀ ਹੈ, ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ, ਕੋਈ ਥੋੜ੍ਹੀ ਨਹੀਂ ਆ ਰਹੀ। ਘਰ-ਘਰ ਪਹੁੰਚਾਉਣ ਦੀ ਗੱਲ ਕਰ ਰਹੀ ਸਰਕਾਰ, ਘਰ-ਘਰ ਜਾਊਗੀ? ਨਹੀਂ ਜੀ, ਘਰ-ਘਰ ਕੀ ਲੈਣੇ ਹੀ ਇੰਨੀਆਂ ਲੰਮੀਆਂ ਲੱਗੀਆਂ ਹੁੰਦੀਆਂ ਕਿ ਲੋਕ ਧੱਕੋ-ਧੱਕੀ ਹੁੰਦੇ ਆ, ਲੜਾਈਆਂ ਵੀ ਹੁੰਦੀਆਂ ਸਾਡੇ ਪਿੰਡ, ਇਹ ਗੱਲ ਨਹੀਂ ਵੀ ਲੜਾਈਆਂ ਵੀ ਹੁੰਦੀਆਂ ਹੈਗੀਆਂ, ਤੇ ਵਿੱਚ ਲੋਕ ਜਿਹੜੇ ਸਵੇਰ ਤੋਂ ਖੜੇ ਹੁੰਦੇ ਆ ਉਹ ਰਹਿ ਜਾਂਦੇ ਆ ਵਿਚਾਰੇ, ਸ਼ਾਮ ਨੂੰ 5 ਵਜੇ ਵਾਪਸ ਚਲੇ ਜਾਂਦੇ ਹੈਗੇ। ਤੁਹਾਡੇ ਪਿੰਡ 'ਚ ਕਿੰਨੇ ਕੁ ਲੋਕ ਹੈ ਜਿਨ੍ਹਾਂ ਨੂੰ ਕਣਕ ਨਹੀਂ ਮਿਲੀ? ਬਹੁਤ ਜ਼ਿਆਦਾ ਲੋਕ ਹੈਗੇ ਜਿਨ੍ਹਾਂ ਨੂੰ ਕਣਕ ਨੇ, ਘੱਟੋ ਘੱਟ ਵੀ 200-300 ਲੋਕ ਰਹਿ ਗਿਆ ਹੋਣਾ ਜੀ, ਵਿੱਚ ਕਾਰਡ ਵੀ ਕੱਟੇ ਹੈਗੇ। ਕੀ ਮੰਗ ਕੀ ਕਰਦੇ? ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਜਾਂ ਤਾਂ ਘਰ-ਘਰ ਨੌਕਰੀ ਦਾ ਕਿਹਾ ਸੀ ਪੰਜਾਬ ਸਰਕਾਰ ਨੇ, ਹੈ ਨਾ, ਵੀ ਘਰ-ਘਰ ਨੌਕਰੀ ਦੇ ਰਹੇ ਦੇਣ, ਹਰੇਕ ਘਰ ਦੇ ਬੱਚੇ ਨੂੰ ਨੌਕਰੀ ਦੇਣ, ਤੇ ਸਾਨੂੰ ਇਹ ਮੰਗ ਤੇ ਬਣਨ ਦੀ ਕੋਈ ਲੋੜ ਹੀ ਨਹੀਂ ਫਿਰ। ਮੈਂ ਅਸ਼ੋਕ ਬਾਲਾਲੀ, ਜ਼ਿਲ੍ਹਾ ਜਨਰਲ ਸਕੱਤਰ BJP ਬਠਿੰਡਾ। ਪੰਜਾਬ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ, ਜਿਵੇਂ ਕਿ ਜਿਹੜੇ ਗਰੀਬ ਹੈ
उन्होंने पहला तो कहा गया भी 20% जी है वो कटिंग की जाऊगी, लेकिन सरकार नीतियां बेकार नीतियां जिड़े कि गरीबों को लोड़ है जिन्हों जे अपंग है दिखता नहीं जिन्हों की कोई कमाई नहीं उन्होंने सरकार ने राशन कार्ड दिए जिन्हें राशन रखे है उन्होंने को इनकम का सोर्स है मकान उन्होंने आपदे है। असं अज ए डी सी राही डीसी साहब को एक मंग पत्र दे आए हैं भी इन लोगों की जी है कार्ड बनाए जान, अगर नहीं बनाए तो असं होर इस संघर्ष को तेज करते हुए धरने प्रदर्शन करा। मंग पत्र इन्होंने वालों रिसीव होया असं देख लेंगे है जो जो क्लेम्स है असं वेरीफाई करके जो भी हल होंगे। राशन कार्ड के बारे है डिटेल एक बार देख के फिर असं वेरीफाई कर लेंगे।